ਭਾਵੇਂ ਨੰਬਰ ਆ ਗਿਆ ਤਾਂ ਬਿਜਲੀ ਦਾ ਤਾਰਾਂ ਉਹ ਤਾਂ ਬੰਦਾ ਮਰੂ ਸਦੂ ਹੀ ਮਿਲਟਰੀ ਆ ਗਈ ਮਿਲਟਰੀ ਬਾਬੇ ਮਿਲਟਰੀ ਮਿਲਟਰੀ ਆ ਗਈ ਉਹ ਤੁਹਾਡੀ ਅਰੇ ਭਈਆ ਹਮਨੇ ਸਰਾਰ ਓਲਾ ਜਾਣਾ ਭਈਆ ਬੀਸ ਰੁਪਏ ਪਰਸ ਵਾਲੀ ਲੱਗੇਗਾ ਨਹੀਂ ਭਈਆ 8 ਰੁਪਿਆ ਲਗਤਾ ਹੈ ਯਾਰ ਰੋਜ਼ ਤੋਂ ਜਾਤੇ ਹੈ ਅਰੇ ਭਈਆ ਚੱਲ 9 ਰੁਪਏ ਲੈ ਲੈ ਲਾ ਅਰੇ ਬੋਸਰੀ ਕੇ ਬੇਟ ਤੋਂ ਦੇਖ ਲੈ ਇਸਕਾ ਕਿਤਨਾ ਹੈ ਚੱਲ ਠੀਕ ਹੈ 12 ਰੁਪਏ ਲੈ ਲੈਣਾ ਸੁਬਾ ਨੀ ਹੈਗੀ ਰਾਤ ਅਰੇ ਭਈਆ ਮਾਨ ਜਾਓ ਨਾ ਅਰੇ ਭਈਆ ਹਮ ਯਾਰ ਨਹੀਂ ਯਾਰ ਡੀਜ਼ਲ ਬਹੁਤ ਮਹਿੰਗਾ ਜੋ ਤਰਾ ਨੀਚੋ ਨਹੀਂ ਤਾਂ 12 20 ਸੇ ਆਪ ਕੰਮ ਨਹੀਂ ਲੇਗਾ ਹਮ ਅਰੇ ਭਈਆ ਚਲ 13 ਲੈ ਲੈਣਾ ਅਬੇ ਨਹੀਂ ਲੇਗੇ ਤੇਰੀ ਕੈਸੇ ਲੇਗੇ ਤੇਰੀ ਯਾਰ ਅਰੇ ਭਈਆ ਨਹੀਂ ਲੈਣੀ ਤੇਰੀ 14 ਰੁਪਏ ਲੈ ਲੈਣਾ ਤੇਰੀ ਨਹੀਂ ਲੈਣੀ ਮੇਰੇ ਕੋ ਅਰੇ ਯਾਰ ਕੈਸਾ ਜਦੋਂ ਗਾਂਡੂ ਬੰਦਾ ਹੈ ਉਧਰ ਨਹੀਂ ਜਾ ਅਰੇ ਭਈਆ ਮਾਨ ਜਾ ਰੇ ਅਰੇ ਨਹੀਂ ਉਧਰ ਯਾਰ ਨੀਚੋ ਉਧਰ ਦਿਮਾਗ ਮਤ ਖਰਾਬ ਮਾਰੀ ਹਮ ਦੇਖ ਲੈ ਟੱਟੇ ਬਣ ਕੇ ਬੂੰਡ ਮਾਰਾਂਗੇ ਬੂੰਡ ਗਾਂਡ ਮਰੂ ਭੈਣ ਦੀ ਲਾਲ ਲੈਣਾ ਨੀ ਕਹਿੰਦੇ ਮੂਤ ਦਾ ਹਾਏ ਹਾਏ ਮੂਤ ਦਾ ਜੋਰ ਕਹਿੰਦੇ ਪਿਆ ਪਿਆ ਨੀ ਕਹਿੰਦੇ ਮੂਤ ਦਾ ਜੋਰ ਕਹਿੰਦੇ ਪਿਆ ਪਿਆ ਨੀ ਕਹਿੰਦੇ ਮੂਤ ਦਾ ਤੇਰੇ ਮੂਤ ਦਾ ਜੋਰ ਕਹਿੰਦੇ ਪੈ ਗਿਆ ਨੀ ਕਹਿੰਦੇ ਮੂਤ ਦਾ ਹਾਏ ਹਾਏ ਮੂਤ ਦਾ ਜੋਰ ਕਹਿੰਦੇ ਪੈ ਗਿਆ ਨੀ ਮੁੰਡੇ ਨੇ ਬੋਤਲ ਵਿੱਚ ਮੂਤ ਦਾ ਬੱਲੀਏ ਨੀ ਬੋਤਲ ਦੇ ਵਿੱਚ ਹੱਗ ਤਾ ਨੀ ਕਹਿੰਦੇ ਬੱਲੀਏ ਲਿਫਾਫੇ ਦਿੱਲੀ ਦੇਰੀ ਡਕ ਜੀਪੀ ਰੋਡ ਜੀਪੀ ਰੋਡ ਜਾਏਗਾ ਜੀਪੀ ਰੋਡ ਜੀਪੀ ਰੋਡ ਜਹਾਜ਼ ਪੇ ਚੜਾਏਗਾ ਜੀਪੀ ਰੋਡ ਜੀਪੀ ਰੋਡ ਬੈਠੋ 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 ਅਰੇ ਬੈਠੋ ਯਾਰ ਕੰਮ ਦੇ ਦੇਣਾ ਯਾਰ ਕੰਮ ਦੇ ਦੇਣਾ 100 ਰੁਪਏ ਆ ਜਾ ਭਈਆ ਜੀਪੀ ਰੋਡ ਜੀਪੀ ਰੋਡ 100 ਰੁਪਏ ਕੰਮ ਅਰੇ ਆ ਜਾ ਭਈਆ 20 ਰੁਪਏ ਲੈ ਰਹੇ ਆ ਹੋ 10 ਰੁਪਏ 10 ਰੁਪਏ 10 ਰੁਪਏ ਅਰੇ ਮੇਰਾ ਗਾਹਕ ਟੱਕਰ ਜਾ ਬੋਸੜੀ ਕੇ ਚੱਕ ਕੇ ਬੈਠ ਜਾ ਤੂੰ ਅਰੇ ਜੀਪੀ ਰੋਡ ਯਾਰਾ ਤੇਰੀ ਯਾਰੀ ਪੈ ਟ੍ਰੇਨ ਮੇਰਾ ਮਿਸ ਹੋ ਗਿਆ ਬੱਗੀ ਕੀ ਤੋ ਗਾਂਡ ਫਟ ਗਈ ਯੂਪੀ ਵਾਲਾ ਵੀ ਤੋ ਭਾਗ ਗਿਆ ਯਾਰਾ ਮੇਰੀ ਯਾਰੀ ਪੇ ਬਾਬੇ ਉਹ ਦਿੱਲੀ ਚ ਆ ਜਾਣੇ ਉਹਨੂੰ ਰਜਾ ਦਾ ਮੁੰਡੇ ਉਹ ਕਿਵੇਂ ਰਹੇ ਪਿਚਕਾਰੀ ਵਾਲੀ ਮਾਰਦੇ ਨੇ ਪਿਚਕਾਰੀ ਜੇ ਪਾਣ ਬੰਦ ਹੋ ਜਾਏ ਨਾ ਦਿੱਲੀ ਦੇ ਵਿੱਚ ਮੈਂ ਮੋਦੀ ਨੂੰ ਚਿੱਠੀ ਲਿਖੂੰਗਾ ਕੱਲ ਨੂੰ ਮੈਸੇਜ ਕਰਦਾ ਇੰਸਟਾਗ੍ਰਾਮ ਟਵੀਟ ਕਰਦਾ ਮੈਂ ਆਪਦੇ ਸਨੈਪਚੈਟ ਤੇ ਪਿਚਕਾਰੀ ਮਾਰ ਮਾਰ ਕੇ ਬਾਬੇ ਬੱਗੀ ਦੇ ਸਿਰ ਤੇ ਮਾਰੀ ਪਿਚਕਾਰੀ ਬੱਗੀ ਦੇ ਬਾਲ ਰੈਡ ਰੈਡ ਜੱਟਾਂ ਨੇ ਡੱਬਾ ਬੁੱਕ ਕਰਾਇਆ ਡੱਬਾ ਬੁੱਕ ਏਸੀ ਨਾ ਇੱਥੇ ਮੱਛਰ ਹੈ ਨਾ ਮੱਖੀ ਨਾ ਇੱਥੇ ਪਿਚਕਾਰੀ ਹੈ ਨਾ ਹੀ ਟੀਟੀ ਐਂਟਰ ਕਰ ਸਕਦਾ ਨਾ ਉਹ ਪਿਚਕਾਰੀ ਨਾ ਕਹੇ ਬਾਬੇ ਉਹ ਸਪੈਸ਼ਲ ਬੂਫਰ ਸਿਸਟਮ ਸਾਰਾ ਕੁਝ ਆ ਬਾਬੇ ਉਹ 3D ਸਾਡਾ ਜਿਹੜਾ ਡੱਬਾ ਬੁੱਕ ਕਰਾਇਆ ਸੀ ਬਹੁਤ ਮਹਿੰਗਾ ਹੈ ਸਾਰਾ ਕੁਝ ਮੈਂ ਪਹਿਲੀ ਬੁੱਕ ਕਰਾਤਾ ਸੀ ਯਾਰ ਯੈਸ ਪਿਚਕਾਰੀ ਵਾਲੇ ਇੱਕ ਦੋ ਬੰਦੇ ਹੈਗੇ ਨੇ ਵਿੱਚ ਨੋ ਪਿਚਕਾਰੀ ਹੈਗੇ ਨੇ ਇੱਧਰ ਬੈਠੇ ਹੋਣਗੇ ਕੋਈ ਗੱਲ ਨਹੀਂ ਜੇ ਇਹ ਆਪਕੋ ਮੈਂ ਗਾਣਾ ਸੁਣਾਉਂ ਗਾਣਾ ਪੰਜਾਬੀ ਵਾਲਾ ਪੰਜਾਬ ਮੇਂ ਹਮਾਰਾ ਗਾਣਾ ਚੱਲਤਾ ਰੇਲ ਗੱਡੀ ਵਾਲਾ ਮੈਂ ਖੜੀ ਟੇਸਣ ਤੇ ਰਹਿ ਗਈ ਆਪ ਤੂੰ
गद्दी चढ़ गया वे मैं खड़ी टेसन ते रह गई आप तू गड्डी चढ़ गया वे हाय। आज तुम सभी पंजाब के एक मशहूर सिंगर के साथ बैठे हो, आज हमें तुम्हें इतने गाने सुनाएंगे ट्रेन को चलने दो पहले कि साथ वाली ट्रेन भी कांपेगी जब हम गाना सुनाएंगे। हमने एक बीकानेर के ही गाना लिखा, देख हमने लिखा था हो कादा बस चो उतर गी तू बठिंडा बीकानेर हो गया है बठिंडा बीकानेर हो गया। ये मैं बीकानेर लिए गाना लिखा सी। एक मैं गाना लिखा थोड़े राजस्थान दे केड़ा पे हो है केड़ा केड़ा सी बाणगढ़ किले वास्ते मैं गाना लिख रहा है भूता वाला, उत्थे मैं जाके लिखूंगा जिते एक दो मैनू भूता चिंबड़ जांदे फिर मैं गाना लिखना। राजस्थान रतनगढ़ भूतों के अड्डे पर पहुंचे थे लेकिन भूत नहीं मिले। भूतों वाले बंगले को हमें है दिखाना। राजस्थान बेचारी बहुत बंजर भूमि है और बंजर बग्गी का भूंड नारे लाई जाते ने आ गया राजस्थान का बस स्टॉप।